पंजाब च सरकारी हस्पतालां दी स्टाफ नर्सां वल्लों अपनी मंगां नूं लेके अनिश्चितकालीन हड़ताल शुरू कर दी गई है। समाणा दे सरकारी हस्पताल च स्टाफ नर्सां वल्लों अपनी मंगां नूं लेके पंजाब सरकार दे खिलाफ प्रदर्शन किया गया ते कहा कि पंजाब सरकार ने जिहड़ी स्टाफ नर्सां दी मंगां है उन्हूं अज तक पूर्ण किया। केंद्र सरकार वालों नर्सिंग नूं ऑफिसर का दर्जा केंद्र सरकार वालों दिता गया, लेकिन पंजाब सरकार वालों स्टाफ नर्सिंग नर्सिंग का दर्जा नहीं दिता, ऑफिसर का दर्जा नहीं दिता जा रहा। और कई मंगा है, पे कमीशन की रिपोर्ट है अते और भी कई मंगा जिन्हों लेके पंजाब दे विच सारे सरकारी हस्पतालों दी नर्सां हड़ताल से चली गई हैं, जिसके करके आम लोगों नूं मुश्किलों का सामना करना पै रहा है। जी ये स्ट्राइक कर रहे हैं नर्सिंग केडर दी मंगा नूं लेके, साडी जॉइंट एक्शन नर्सिंग कमेटी पंजाब अते यूटीआई ने सानू ये कहा है कि जो तक साडियां नर्सिंग दी जो मंगा ने, जिवें कि साडे जिहड़े कच्चे मुलाजम ने कुछ उन्हां नूं पक्किया कीता जावे, पे पैरिटी जिहड़ा सिक्स पे कमीशन लग्या उहदे विच सोध कीती जावे, नर्सिंग अलाउंस जिहड़े साडे घटा घट कर दित्ते गए ने उहनां नूं दित्ता जावे, डाइट अलाउंस है, नर्सिंग केयर अलाउंस है, नाइट अलाउंस है, इहनां नूं जिहड़ा है ਇਹਦੇ ਵਿੱਚ ਇਨਕਲੂਡ ਕੀਤਾ ਜਾਵੇ ਅਤੇ ਨਰਸਿੰਗ ਆਫਿਸਰ ਦਾ ਅਹੁਦਾ ਜਿਹੜਾ ਹੈ ਬਾਕੀ ਰਾਜਾਂ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਹੈ, ਕੇਂਦਰ ਸਰਕਾਰ ਨੇ ਲਾਗੂ ਕੀਤਾ ਪਰ ਪੰਜਾਬ ਸਰਕਾਰ ਨੇ ਇਹਨੂੰ ਵੀ ਅਜੇ ਤੱਕ ਲਾਗੂ ਨਹੀਂ ਕੀਤਾ। ਸਾਡੀਆਂ ਬਸ ਇਹੀ ਮੰਗਾਂ ਨੇ ਕਿ ਜਿੰਨੀਆਂ ਵੀ ਨਰਸਿੰਗ ਕੇਡਰ ਦੀਆਂ ਮੰਗਾਂ ਹੈਗੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ। ਸਰਕਾਰ ਜਿਹੜੀ ਹੈ ਹਰ ਵਾਰੀ ਸਾਨੂੰ ਲਾਰੇ ਲਾ ਦਿੰਦੀ, ਅਸੀਂ ਪਹਿਲਾਂ ਵੀ ਹੜਤਾਲਾਂ ਕੀਤੀਆਂ ਸੀ ਪਰ ਸਰਕਾਰ ਨੇ ਸਾਨੂੰ ਲਾਰਾ ਹੀ ਲਾਇਆ ਹੈ, ਮੀਟਿੰਗਾਂ ਤੇ ਬਹੁਤ ਕੀਤੀਆਂ ਨੇ ਪਰ ਲਾਰੇ ਮਿਲੇ ਨੇ, ਕਦੀ ਵੀ ਕੋਈ ਕੰਮ ਜਿਹੜਾ ਉਹ ਪੂਰਨ ਇਹ ਉਦੋਂ ਤੱਕ ਰਹੇਗੀ ਜਦੋਂ ਤੱਕ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਹਾਂਜੀ ਅਣਮਿੱਥੇ ਸਮੇਂ ਲਈ ਹੈ, ਕਿਉਂਕਿ ਪਹਿਲਾਂ ਵੀ ਸਾਨੂੰ ਝੂਠਾ ਆਸ਼ਵਾਸਨ ਦਿੱਤਾ ਗਿਆ ਸੀ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਹੋਵੇ ਪਰ ਸਾਨੂੰ ਮਜਬੂਰਨ ਜਿਹੜਾ ਇਹ ਅੱਜ ਰੋਸ ਪ੍ਰਦਰਸ਼ਨ ਜਿਹੜਾ ਪੰਜਾਬ ਨਰਸਿੰਗ ਐਸੋਸੀਏਸ਼ਨ ਤੇ ਯੂਟੀ ਦੀ ਯੂਨੀਅਨ ਵੱਲੋਂ ਨਰਸਿੰਗ ਕੇਡਰ ਦੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰ ਨੇ ਸਾਨੂੰ ਬਹੁਤ ਸਾਰੇ ਲਾਰੇ ਲਾਏ, ਜਿਹਦੇ ਵਿੱਚ ਕਈ ਮੀਟਿੰਗਸ ਵੀ ਆਈਆਂ। ਉਹਨਾਂ ਮੀਟਿੰਗ ਦੇ ਵਿੱਚ ਸਰਕਾਰ ਨੇ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਹੈਗਾ, ਜਿਸ ਨੂੰ ਮੁੱਖ ਰੱਖ ਕੇ ਅਸੀਂ ਨਾ ਚਾਹੁੰਦਿਆਂ ਹੋਇਆਂ ਵੀ ਬਹੁਤ ਦੁਖੀ ਮਨ ਨਾਲ ਮਰੀਜ਼ਾਂ ਦਾ ਕੰਮ ਛੱਡ ਕੇ ਅੱਜ ਅਸੀਂ ਬਾਹਰ ਖੜ੍ਹੇ ਹਾਂ, ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਹਸਪਤਾਲਾਂ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ, ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਬਹੁਤ ਜਾਇਜ਼ ਨੇ। ਸਾਡੇ ਕੱਚੇ ਕੰਮ ਆ, ਸਾਰਿਆਂ ਨੂੰ ਪੱਕਾ ਕੀਤਾ ਜਾਵੇ, ਪੇ ਨੋਮਲੀ ਜੋ ਵੀ ਸਾਡੀਆਂ ਕਮੀਆਂ ਪੇਸ਼ੀਆਂ ਨੇ ਪੇ ਦੇ ਵਿੱਚ ਉਹ ਸਾਨੂੰ ਦਿੱਤੀਆਂ ਜਾਣ, ਸਾਡਾ ਜਿਹੜਾ ਨਰਸਿੰਗ ਆਫਿਸਰ ਦਾ ਅਹੁਦਾ ਹੈਗਾ ਉਹ ਸਾਰਿਆਂ ਨੂੰ ਦਿੱਤਾ ਜਾਵੇ, ਜਦਕਿ ਸੈਂਟਰ ਗੌਰਮੈਂਟ ਨੇ ਪਿਛਲੇ ਕਈ ਸਾਲਾਂ ਤੋਂ ਬਾਕੀ ਸਟੇਟਸ ਦੇ ਵਿੱਚ ਵੀ ਦਿੱਤਾ ਹੋਇਆ, ਤਾਂ ਪੰਜਾਬ ਸਰਕਾਰ ਜਿਹਦੇ ਵਿੱਚ ਉਹਦਾ ਇੱਕ ਵੀ ਪੈਸਾ ਨਹੀਂ ਲੱਗਦਾ ਉਹ ਵੀ ਕੰਮ ਜਿਹੜਾ ਉਹ ਨਹੀਂ ਕੀਤਾ ਜਾਂਦਾ। ਮਜਬੂਰਨ ਅਸੀਂ ਅੱਜ ਸਟ੍ਰਾਈਕ ਦੇ ਉੱਪਰ ਚੱਲ ਰਹੇ ਹੈਗੇ ਹਾਂ, ਅਸੀਂ ਨਹੀਂ ਚਾਹੁੰਦੇ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ, ਅੱਜ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰ ਲਵੇ ਤਾਂ ਅਸੀਂ ਮਰੀਜ਼ਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਕੈਮਰਾਮੈਨ ਬੀ ਕੇ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।